ਲਾਸ 10ਵੀਂ ਸਮਾਜਿਕ ਸਿੱਖਿਆ ਦੀ ਰੋਜ਼ਾਨਾ ਅਸਾਈਨਮੈਂਟ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਖਾਲਸੇ ਦੀ ਸਿਰਜਣਾ ਅਤੇ ਸ਼ਖਸੀਅਤ 6/10/2020 ਰੋਜ਼ਾਨਾ ਦਾ ਕੰਮ ਜਮਾਤ 10ਵੀਂ ਸਮਾਜਿਕ ਵਿਗਿਆਨ ਪਾਠ 5ਵਾਂ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਖਾਲਸੇ ਦੀ ਸਿਰਜਣਾ ਅਤੇ ਸ਼ਖਸੀਅਤ ਗੁਰੂ ਗੋਬਿੰਦ ਸਿੰਘ ਜੀ ਦੀ ਸਖਸ਼ੀਅਤ ਨੂੰ ਸੈਨਾ ਆਨੈਕ ਅਤੇ ਧਰਮ ਧਾਰਮਿਕ ਨੇਤਾ ਦੇ ਰੂਪ ਵਿੱਚ ਜਾਣਨਾ ਸੈਨਾ ਆਨੈਕ ਦੇ ਰੂਪ ਵਿੱਚ ਗੁਰੂ ਗੋਬਿੰਦ ਸਿੰਘ ਜੀ ਇੱਕ ਬਹਾਦਰ ਚੌਤਾ ਅਤੇ ਜਮਾਦਰ ਸੈਨਾ ਆਨੈਕ ਸਨ ਬਚਪਨ ਤੋਂ ਹੀ ਉਹਨਾਂ ਨੇ ਘੋੜ ਸਵਾਰੀ ਤਲਵਾਰ ਬਾਜ਼ੀ ਅਤੇ ਤੀਰ ਅੰਦਾਜ਼ੀ ਵਿੱਚ ਨਿਪੁੰਨਤਾ ਪ੍ਰਾਪਤ ਕਰ ਲਈ ਸੀ ਪੌਂਟਾ ਸਾਹਿਬ ਵਿਖੇ ਰਹਿ ਕੇ ਉਹਨਾਂ ਨੇ ਬਹਾਦਰ ਸਿੱਖਾਂ ਦੀ ਸੈਨਾ ਤਿਆਰ ਕਰ ਲਈ ਸੀ ਗੁਰੂ ਜੀ ਦੇ ਜੋਗ ਅਤੇ ਸਫਲ ਸੈਨਾ ਆਇਕ ਹੋਣ ਦਾ ਸਭ ਤੋਂ ਵੱਡਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਉਹਨਾਂ ਨੇ ਜੀਵਨ ਪਰ ਆਪਣੇ ਸਿਮਤ ਸਾਧਨਾ ਨਾਲ ਹੀ ਸ਼ਕਤੀਸ਼ਾਲੀ ਮੁਗਲ ਸੈਨਾ ਦਾ ਸਫਲਤਾਪੂਰਵਕ ਟਕਰਾ ਕੀਤਾ ਚਮਕੌਰ ਸਾਹਿਬ ਦੇ ਜੁੱਧ ਵਿੱਚ ਤਾਂ ਉਹਨਾਂ ਦੇ ਕੇਵਲ 40 ਸਿੱਖਾਂ ਨੇ ਮੁਗਲ ਸੈਨਾ ਨੂੰ ਵਕਤ ਪਾ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਹਰ ਜੁੱਧ ਵਿੱਚ ਸਿੱਖਾਂ ਦੀ ਨੁਮਾਇੰਦਗੀ ਕੀਤੀ ਉਹ ਇੱਕ ਜੋਕਸਨਾ ਪੱਤੀ ਵਾਂਗ ਜਾਣਦੇ ਸਨ ਕੀ ਵੈਰੀ ਨਾਲ ਕਦੋਂ ਕਿੱਥੇ ਅਤੇ ਕਿਵੇਂ ਜੁੱਦ ਕਰਨਾ ਹੈ ਪੰਗਾਨੀ ਅਤੇ ਕਿਦਰਾਨਾਂ ਦੇ ਜੁੱਦਾਂ ਵਾਂਗ ਉਹਨਾਂ ਨੇ ਹਰ ਜੁੱਦ ਲਈ ਉਚਿਤ ਸਥਾਨ ਚੁਣਿਆ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਜੁੱਦ ਲਈ ਕਦੇ ਵੀ ਆਪ ਪਹਿਲ ਨਹੀਂ ਕੀਤੀ ਉਹ ਅਕਸਰ ਅਖਿਆਤਮਕ ਜੁਗਤ ਕਰਦੇ ਸਨ ਪਹਾੜੀ ਰਾਜਿਆਂ ਅਤੇ ਮੁਗਲਾਂ ਨੇ ਕਈ ਵਾਰੀ ਗੁਰੂ ਜੀ ਨੂੰ ਧੋਖਾ ਦਿੱਤਾ ਪਰ ਗੁਰੂ ਜੀ ਨੇ ਸਦਾ ਹੀ ਆਪਣੇ ਵਚਨ ਪਾਲੇ ਅਸਲ ਵਿੱਚ ਉਹਨਾਂ ਨੇ ਧਰਮ ਜੁੱਦ ਹੀ ਲੜੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਪੁਰਵਾਰਤਿ ਕਾਰੀਆਂ ਵਾਂਗ ਸਿੱਖ ਤੇ ਮਹਾਨ ਧਾਰਮਿਕ ਨੇਤਾ ਜਾਂ ਗੁਰੂ ਸਨ ਭਾਵੇਂ ਉਹ ਆਪਣੇ ਜੀਵਨ ਵਿੱਚ ਸੈਨਿਕ ਕੰਮਾਂ ਵਿੱਚ ਲੱਗੇ ਰਹੇ ਪਰ ਉਹ ਜੁੱਧ ਵੀ ਧਰਮ ਦੇ ਜੁੱਧ ਵਜੋਂ ਲੜਦੇ ਸਨ ਉਹ ਆਪਣੇ ਸਿੱਖਾਂ ਨੂੰ ਕਹਿੰਦੇ ਸਨ ਸਦਾ ਸਰਬ ਚ ਈਸ਼ਵਰ ਦਾ ਜਾਪ ਕਰੋ ਸ਼ੁੱਧ ਚਰਿੱਤਰ ਰੱਖੋ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚੋ ਇਥੇ ਹੀ ਬਸ ਨਹੀਂ ਉਹਨਾਂ ਨੇ ਆਪਣੇ ਪੁਰਵਜਾਂ ਗਾਛ ਸਾਹਿਬ ਅਤੇ ਅਕਾਲ ਉਸਤਤ ਆਦਿ ਧਾਰਮਿਕ ਰਚਨਾਵਾਂ ਦੀ ਸਿਰਜਣਾ ਕੀਤੀ ਉਹਨਾਂ ਨੇ ਆਦ ਗ੍ਰੰਥ ਸਾਹਿਬ ਨੂੰ ਅੰਤਿਮ ਰੂਪ ਵੀ ਦਿੱਤਾ ਉਹਨਾਂ ਨੇ ਸਿੱਖ ਧਰਮ ਦਾ ਪ੍ਰਚਾਰ ਵੀ ਕੀਤਾ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਬਹੁਪੱਖੀ ਸਖਸ਼ੀਅਤ ਦੇ ਮਾਲਕ ਸਨ ਉੱਪਰ ਲਿਖਿਆ 17 ਨੂੰ ਪੜ੍ਹ ਕੇ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਕਾਪੀ ਤੇ ਲਿਖੋ ਅਤੇ ਜਮਤ ਕਰੋ। ਪ੍ਰਸ਼ਨ ਪਹਿਲਾ ਗੁਰੂ ਜੀ ਦੇ ਜੋਗ ਅਤੇ ਸਫਲ ਸੈਨਾ ਨਾਇਕ ਹੋਣ ਦਾ ਸਭ ਤੋਂ ਵੱਡਾ ਸਬੂਤ ਕਿਸ ਘਾਲ ਤੋਂ ਮਿਲਦਾ ਹੈ? ਪ੍ਰਸ਼ਨ ਦੂਜਾ ਗੁਰੂ ਗੋਬਿੰਦ ਸਿੰਘ ਜੀ ਨੇ ਹਰ ਜੁੱਤ ਵਿੱਚ ਕਿੰਨਾ ਦੀ ਨੁਮਾਇੰਦਗੀ ਕੀਤੀ? ਪ੍ਰਸ਼ਨ ਤੀਜਾ ਪੋਂਟਾ ਸਾਹਿਬ ਵਿਖੇ ਰਹਿ ਕੇ ਗੁਰੂ ਜੀ ਨੇ ਕੀ ਕੀਤਾ ਸੀ? ਪ੍ਰਸ਼ਨ ਚੌਥਾ ਗੁਰੂ ਜੀ ਆਪਣੇ ਸਿੱਖਾਂ ਨੂੰ ਕੀ ਕਹਿੰਦੇ ਸਨ? ਪ੍ਰਸ਼ਨ ਪੰਜਵਾਂ ਇੱਕ ਸੈਨਾ ਨਾਇਕ ਦੇ ਰੂਪ ਵਿੱਚ ਗੁਰੂ ਜੀ ਦੀ ਸ਼ਖਸੀਅਤ ਦੇ ਗੁਣਾਂ ਨੂੰ 50-60 ਸ਼ਬਦਾਂ ਵਿੱਚ ਬਿਆਨ ਕਰੋ। ਪ੍ਰਸ਼ਨ ਪਹਿਲਾ ਗੁਰੂ ਜੀ ਦੇ ਜੋਗ ਅਤੇ ਸਫਲ ਸੈਨਾ ਨਾਇਕ ਹੋਣ ਦਾ ਸਬੂਤ ਕਿਸ ਗੱਲ ਦਾ ਸੀ? ਉੱਤਰ ਗੁਰੂ ਜੀ ਦੇ ਜੋਗ ਅਤੇ ਸਫਲ ਸਨਾਂ ਨਾਇਖੋਂ ਦਾ ਸਭ ਤੋਂ ਵੱਡਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਉਹਨਾਂ ਨੇ ਜੀਵਨ ਭਰ ਆਪਣੇ ਸੇਮਤ ਸਾਧਨਾ ਨਾਲ ਹੀ ਸ਼ਕਤੀਸ਼ਾਲੀ ਮੁਗਲ ਸੈਨਾ ਦਾ ਸਫਲਤਾਪੂਰਵਕ ਟਕਰਾ ਕੀਤਾ। ਪ੍ਰਸ਼ਨ 2 ਗੁਰੂ ਗੋਬਿੰਦ ਸਿੰਘ ਜੀ ਨੇ ਹਰ ਜੁੱਤ ਵਿੱਚ ਕਿਸ ਦੀ ਨੁਮਾਇੰਦਗੀ ਕੀਤੀ? ਉੱਤਰ ਗੁਰੂ ਗੋਬਿੰਦ ਸਿੰਘ ਜੀ ਨੇ ਹਰ ਜੁੱਤ ਵਿੱਚ ਸਿੱਖਾਂ ਦੀ ਨੁਮਾਇੰਦਗੀ ਕੀਤੀ। ਪ੍ਰਸ਼ਨ 3 ਪੌਂਟਾ ਸਭ ਵਿਖੇ ਰਹਿ ਕੇ ਗੁਰੂ ਜੀ ਨੇ ਕੀ ਕੀਤਾ ਸੀ ਉੱਤਰ ਪੌਂਟਾ ਸਭ ਵਿਖੇ ਰਹਿ ਕੇ ਉਹਨਾਂ ਨੇ ਬਹਾਦਰ ਸਿੱਖਾਂ ਦੀ ਸਨਾ ਤਿਆਰ ਕਰ ਲਈ ਸੀ ਪ੍ਰਸ਼ਨ 4 ਗੁਰੂ ਜੀ ਨੇ ਆਪਣੀ ਸਿੱਖਾਂ ਨੂੰ ਕੀ ਕਹਿੰਦੇ ਸਨ ਉੱਤਰ ਉਹ ਆਪਣੇ ਸਿੱਖਾਂ ਨੂੰ ਕਹਿੰਦੇ ਸਨ ਸਦਾ ਸਰਬ ਉੱਚ ਈਸ਼ਵਰ ਦਾ ਚਾਪ ਕਰੋ ਸ਼ੁੱਧ ਚਰਿੱਤਰ ਰੱਖੋ ਕਾਮ ਕ੍ਰੋਧ ਮੋਹ ਹੰਕਾਰ ਤੋਂ ਬਚੋ ਪ੍ਰਸ਼ਨ 5 ਇੱਕ ਸਨਾਨਾਇਕ ਦੇ ਰੂਪ ਵਿੱਚ ਗੁਰੂ ਜੀ ਦੇ ਸਖਸ਼ੀਅਤ ਦੇ ਗੁਣਾਂ ਨੂੰ 50-60 ਸ਼ਬਦਾਂ ਵਿੱਚ ਬਿਆਨ ਕਰੋ ਉੱਤਰ ਗੁਰਗੋਬਿੰਦ ਸਿੰਘ ਜੀ ਇੱਕ ਬਹਾਦਰ 14 ਅਤੇ ਜਮਾਂਦਰੂ ਸਨਾਨਾਇਕ ਸਨ ਬਚਪਨ ਤੋਂ ਹੀ ਉਹਨਾਂ ਨੇ ਕੋਰਸ ਵਾਰੀ ਤਲਵਾਰबाजी ਅਤੇ ਤੀਰ ਅੰਦਾਜ਼ੀ ਵਿੱਚ ਨਿਪੁੰਨਤਾ ਪ੍ਰਾਪਤ ਕਰ ਲਈ ਸੀ ਉਹ ਇੱਕ ਸੂਜੋਕ ਸੈਨਾਪਤੀ ਵਾਂਗ ਜਾਣਦੇ ਸਨ ਕਿ ਵੈਰੀ ਨਾਲ ਕਦੋਂ ਕਿੱਥੇ ਅਤੇ ਕਿਵੇਂ ਜੁਦ੍ਹ ਕਰਨਾ ਹੈ ਉਹ ਆਪਣੇ ਜੀਵਨ ਵਿੱਚ ਸੈਨਿਕ ਕੰਮਾਂ ਵਿੱਚ ਲੱਗੇ ਰਹੇ ਪਰ ਉਹ ਜੁੱਧ ਵੀ ਧਰਮ ਦੇ ਜੁੱਧ ਵਜੋਂ ਲੜਦੇ ਸਨ ਖਾਲੀ ਥਾਂਵਾਂ ਭਰ ਕੇ ਵਾਕ ਪੂਰੇ ਕਰੋ ਉਹਨਾਂ ਨੇ ਨੇ ਹਰ ਜੁੱਧ ਲਈ ਡੈਸ਼ ਚੁਣਿਆ ਸੀ ਉਚਿਤ ਸਥਾਨ ਅਸਲ ਵਿੱਚ ਉਹਨਾਂ ਨੇ ਡੈਸ਼ ਜੁੱਧ ਹੀ ਲੜੇ ਧਰਮ ਗੁਰੂ ਜੀ ਨੇ ਡੈਸ਼ ਅਤੇ ਡੈਸ਼ ਆਧਾਰਕ ਰਚਨਾਵਾਂ ਦੀ ਸਿਰਜਣਾ ਕੀਤੀ ਜਪ ਸਾਹਿਬ ਅਤੇ ਅਕਾਲ ਉਸਤਤ ਸਹੀ ਗਲਤ ਵਾਕਾਂ ਦੀ ਚੋਣ ਕਰੋ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਅੰਤਿਮ ਰੂਪ ਵੀ ਦਿੱਤਾ ਸਹੀ ਉਹ ਅਕਸਰ ਅਸੁਰੱਖਿਅਤ ਜੁੱਧ ਕਰਦੇ ਸਨ ਗਲਤ ਉਹ ਆਪਣੇ ਜੀਵਨ ਵਿੱਚ ਸੈਨਿਕ ਕੰਮਾਂ ਵਿੱਚ ਲੱਗੇ ਰਹੇ ਸਹੀ ਬਹੁ ਚੋਣੀ ਪ੍ਰਸ਼ਨ ਪਹਿਲਾ ਗੁਰੂ ਗੋਬਿੰਦ ਸਿੰਘ ਜੀ ਨੇ ਜੁੱਧ ਲਈ ਕਦੇ ਵੀ ਆਪ ਪਹਿਲ ਨਹੀਂ ਕੀਤੀ ਉਹ ਅਕਸਰ ਰੱਖਿਆਤਮਕ ਜੁੱਧ ਕਰਦੇ ਸਨ ਪਾੜੀ ਰਾਜਾ ਅਤੇ ਮੋਗਲਾ ਨੇ ਕਈ ਵਾਰੀ ਗੁਰੂ ਜੀ ਨੂੰ ਧੋਖਾ ਦਿੱਤਾ ਪਰ ਗੁਰੂ ਜੀ ਨੇ ਸਦਾ ਹੀ ਆਪਣੇ ਵਚਨ ਪਾڑے ਅਸਲ ਵਿੱਚ ਉਹਨਾਂ ਨੇ ਕਿਹੜੇ ਜੁੱਧ ਲੜੇ ਸਮਾਜਿਕ ਜੁੱਧ ਧਰਮ ਜੁੱਧ ਰਾਜਨੀਤਿਕ ਜੁੱਧ ਆਰਥਿਕ ਜੁੱਧ ਉੱਤਰ ਧਰਮ ਜੁੱਧ ਦੁੱਜਾ ਗੁਰੂ ਜੀ ਦੇ ਜੋਗ ਅਤੇ ਸਫਲ ਸੈਨਾਕ ਹੋਣ ਦਾ ਸਭ ਤੋਂ ਵੱਡਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਉਹਨਾਂ ਨੇ ਜੀਵਨ ਪਰ ਆਪਣੀ ਸੀਮਤ ਸਾਧਨ ਨਾਲ ਹੀ ਸ਼ਕਤੀਸ਼ਾਲੀ ਮੁਗਲ ਸੈਨਾ ਦਾ ਸਫਲਤਾਪੂਰਵਕ ਟਾਕਰਾ ਕੀਤਾ ਚਮਕੌਰ ਸਾਹਿਬ ਦੇ ਜੰਦ ਵਿੱਚ ਤਾਂ ਉਹਨਾਂ ਦੇ ਕੇਵਲ 40 ਸਿੱਖਾਂ ਨੇ ਕਿਸ ਨੂੰ ਵਕਤ ਪਾ ਦਿੱਤਾ ਸੀ ਪਹਾੜੀ ਰਾਜਿਆਂ ਨੂੰ ਆਮ ਲੋਕਾਂ ਨੂੰ ਮੁਗਲ ਸੈਨਾ ਨੂੰ ਇਨ੍ਹਾਂ ਵਿੱਚ ਕੋਈ ਨਹੀਂ ਉੱਤਰ ਮੁਗਲ ਸੈਨਾ ਨੂੰ ਰੀਜ਼ਨ ਪਾਟ ਪਹਿਲਾ ਅਧਾਰਿਤ 50-60 ਸ਼ਬਦਾਂ ਵਾਲੇ ਪ੍ਰਸ਼ਨ ਉੱਤਰ ਉੱਤਰ ਪੱਕੀਆਂ ਕਾਪੀਆਂ ਤੇ ਲਿਖੋ ਅਤੇ ਯਾਦ ਕਰੋ ਪ੍ਰਸ਼ਨ ਪਹਿਲਾ ਭਾਰਤੀ ਭਾਸ਼ਾਵਾਂ ਅਤੇ ਲੋਕ ਕਲਾਵਾਂ ਦੀ ਦੇਸ਼ ਦੀ ਏਕਤਾ ਤੇ ਇੱਕ ਰੂਪਤਾ ਨੂੰ ਕੀ ਦੇਨ ਹੈ ਪ੍ਰਸ਼ਨ ਦੂਜਾ ਬਚਤਤ ਕੀ ਭਾਵ ਹੈ ਔਸਤ ਬਚਤ ਪ੍ਰਵਿਰਤੀ ਅਤੇ ਸੀਮਾਂਤ ਬਚਤ ਪ੍ਰਵਿਰਤੀ ਦੀ ਪਰਿਭਾਸ਼ਾ ਦਿਓ ਪ੍ਰਸ਼ਨ 3 ਪਿੰਨ ਪਿੰਨ ਕਲਾ ਵਿੱਚ ਪੰਜਾਬ ਦੀਆਂ ਹੱਦਾਂ ਬਾਰੇ ਜਾਣਕਾਰੀ ਦਿਓ। ਪ੍ਰਸ਼ਨ 4 ਹੇਠ ਲਿਖੇ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਵਿੱਚੋਂ ਕਿਸ ਨੇ ਕਿਸੇ ਇੱਕ ਦੀ ਸੰਖੇਪ ਵਿਆਖਿਆ ਕਰੋ। ਸਮਾਜਵਾਦੀ, ਗਾਂਧੀਵਾਦੀ, ਸਧਾਰਨ ਜਾਂ ਉਦਾਰਵਾਦੀ। ਪ੍ਰਸ਼ਨ 1 ਪਾਰਤੀ ਭਾਸ਼ਾਵਾਦ ਦੇ ਲੋਕ ਕਲਾਵਾਂ ਦੀ ਦੇਸ਼ ਦੀ ਇਕਤਾ ਤੇ ਇੱਕ ਰੂਪਤਾ ਨੂੰ ਕੀ ਦੇਣ ਹੈ? ਭਾਰਤੀ ਭਾਸ਼ਾਵਾਂ ਅਤੇ ਲੋਕ ਕਲਾਵਾਂ ਨੇ ਇਸ ਦੇਸ਼ ਦੀ ਏਕਤਾ ਵਿੱਚ ਵਿਸ਼ੇਸ਼ ਰੰਗ ਭਰਿਆ ਹੈ ਸੰਸਕ੍ਰਿਤ ਨੂੰ ਲੈ ਲਓ ਇਸ ਦੇਸ਼ ਵਿੱਚ ਵੈਦ ਅਤੇ ਹੋਰ ਪ੍ਰਾਚੀਨ ਗ੍ਰੰਥ ਇਸੇ ਭਾਸ਼ਾ ਵਿੱਚ ਲਿਖੇ ਅਤੇ ਪੜੇ ਜਾਂਦੇ ਹਨ ਰਾਜਸਥਾਨ ਤੋਂ ਲੈ ਕੇ ਮਨੀਪੁਰ ਤੱਕ ਵੈਦਾਂ ਦੇ ਪ੍ਰਚਾਰ ਦਾ ਸੇਰਾ संस्कृत भाषा ਨੂੰ ਹੀ ਜਾਂਦਾ ਹੈ संस्कृत भाषा ਦੇ ਹੀ ਮਿਲ ਨਾਲ ਉਰਦੂ ਦਾ ਜਨਮ ਹੋਇਆ ਅਤੇ ਉਸ ਨੂੰ ਮੱਧ ਕਾਲ ਵਿੱਚ ਦਿੱਲੀ ਦੇ ਸਾਸ਼ਤਕਾਂ ਵੱਲੋਂ ਮਾਨਤਾ ਪ੍ਰਾਪਤ ਹੋਈ ਅਜ ਅੰਗਰੇਜ਼ੀ ਦੇਸ਼ ਦੇ ਸੰਪਰਕ ਭਾਸ਼ਾ ਅਤੇ ਹਿੰਦੀ ਰਾਸ਼ਟਰੀ ਭਾਸ਼ਾ ਹੈ ਪੂਰੇ ਦੇਸ਼ ਵਿੱਚ ਲੋਕ ਕਲਾ ਲੋਕ गीत ਸਮਾਨ ਭਾਵ ਬਿਆਨ ਕਰਦੇ ਹਨ ਵੀਰਸ ਨੇ ਲਲਿਤ ਕਲਾਵਾਂ ਨੂੰ ਪ੍ਰਭਾਵਿਤ ਕੀਤਾ ਇਸੇ ਤਰ੍ਹਾਂ ਭਾਰਤੀ ਫਿਲਮਾਂ ਨੇ ਭਾਰਤੀ ਸੱਭਿਆਚਾਰ ਨੂੰ ਏਕਤਾ ਪ੍ਰਦਾਨ ਕੀਤੀ ਪ੍ਰਸ਼ਨ ਦੂਜਾ ਬਚਤੋ ਕੀ ਭਾਵ ਹੈ ਉਸ ਬਚਤ ਪ੍ਰਵਿਰਤੀ ਅਤੇ ਸੀਮਾਂਤ ਬਚਤ ਪ੍ਰਵਿਰਤੀ ਦੀ ਪਾਸ਼ਾ ਪਰਿਭਾਸ਼ਾ ਦਿਓ ਉੱਤਰ ਬਚਤ ਆਮਦਨ ਅਤੇ ਉਪਭੋਗ ਦਾ ਅੰਤਰ ਹੁੰਦੀ ਹੈ ਨੇ ਕੈਨਸ ਦੇ ਅਨੁਸਾਰ ਬਚਤ ਆਮਦਨ ਦੇ ਖਰਚ ਉੱਤੇ ਅਧਿਕ ਅਧਿਕਤਾ ਹੈ ਅਰਥਾਤ ਬਚਤ ਇਜ਼ ਇਕੁਅਲ ਟੂ ਆਮਦਨ ਮਾਈਨਸ ਉਪਭੋਗ ਔਸਤ ਪਸਤ ਪ੍ਰਵਿਰਤੀ ਇੱਕ ਵਿਸ਼ੇਸ਼ ਆਮਦਨ ਪੱਧਰ ਉੱਤੇ ਬਚਤ ਅਤੇ ਆਮਦਨ ਦਾ ਅਨੁਪਾਤ ਔਸਤ ਪਚਤ ਪ੍ਰਵਿਰਤੀ ਅਖਵਾਉਂਦਾ ਹੈ ਔਸਤ ਪਚਤ ਪ੍ਰਵਿਰਤੀ ਇਜ਼ ਇਕੁਅਲ ਟੂ ਬਚਤ ਆਵਰ ਆਮਦਨ ਸੀਮਾਂਤ ਬਚਤ ਪ੍ਰਵਿਰਤੀ ਆਮਦਨ ਵਿੱਚ ਹੋਣ ਵਾਲੇ ਪਰਿਵਰਤਨਾਂ ਦੇ ਕਾਰਨ ਬਚਤ ਵਿੱਚ ਹੋਣ ਵਾਲੇ ਪਰਿਵਰਤਨ ਦੇ ਅਨੁਪਾਤ ਨੂੰ ਸੀਮਾਂਤ ਬਚਤ ਪ੍ਰਵਿਰਤੀ ਕਹਿੰਦੇ ਹਨ ਸੀਮਾਂਤ ਬਚਤ ਪ੍ਰਵਿਰਤੀ ਬਚਤ ਵਿੱਚ ਪਰਿਵਰਤਨ ਆਮਦਨ ਵਿੱਚ ਪਰਿਵਰਤਨ ਪ੍ਰਸ਼ਨ 3 ਪਿੰਪਿੰਕਾਲਾਂ ਵਿੱਚ ਪੰਜਾਬ ਦੀਆਂ ਹੱਦਾਂ ਬਾਰੇ ਜਾਣਕਾਰੀ ਦਿਓ ਉੱਤਰ ਪੰਜਾਬ ਦੀਆਂ ਹੱਦਾਂ ਸਮੇਂ ਮੇ ਸਮੇਂ ਤੇ ਬਦਲਦੀਆਂ ਰਹੀਆਂ ਹਨ ਰਿਗਵੇਦ ਵਿੱਚ ਦੱਸੇਗੇ ਪੰਜਾਬ ਵਿੱਚ ਸਿੰਧ ਜੇਲਮ ਰਾਵੀ ਚਨਾਬ ਆ ਸਤਲਜ ਅਤੇ ਸਰਸਵਤੀ ਨਦੀਆਂ ਦਾ ਪ੍ਰਦੇਸ਼ ਸ਼ਾਮਲ ਸੀ ਮੌਰੀਆ ਤੇ ਕੁਸ਼ਾਨ ਕਾਲ ਵਿੱਚ ਪੰਜਾਬ ਦੀ ਪੱਛਮੀ ਸੀਮਾ ਹਿੰਦੂ ਕੁਸ਼ ਤੇ ਪਹਾੜਾਂ ਤੱਕ ਚਲੀ ਗਈ ਸੀ ਅਤੇ ਤਕਸੀਲਾ ਇਸ ਦਾ ਇੱਕ ਭਾਗ ਬਣ ਗਿਆ ਸੀ ਸਲਤਨਤ ਕਾਲ ਵਿੱਚ ਪੰਜਾਬ ਦੀਆਂ ਹੱਦਾਂ ਲਾਹੌਰ ਅਤੇ ਪਰਸ਼ਵਾਰ ਪੇਸ਼ਾਵਰ ਤੱਕ ਸਨ ਜਦਕਿ ਮੋਗਲ ਕਾਲ ਵਿੱਚ ਪੰਜਾਬ ਦੋ ਪ੍ਰਾਂਤਾਂ ਵਿੱਚ ਵੰਡਿਆ ਗਿਆ ਸੀ ਲਾਹੌਰ ਅਤੇ ਮੁਲਤਾਨ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਰਾਜ ਦਾ ਵਿਸਤਾਰ ਸਤਲੁਜ ਨਦੀ ਤੋਂ ਪੇਸ਼ਾਵਰ ਤੱਕ ਸੀ ਲਾਹੌਰ ਰਾਜ ਦੇ ਅੰਗਰੇਜ਼ੀ ਸਮਰਾਜ ਵਿੱਚ ਮਿਲਣ ਤੋਂ ਬਾਅਦ ਇਸ ਦਾ ਨਾਂ ਪੰਜਾਬ ਰੱਖਿਆ ਗਿਆ ਭਾਰਤ ਵੰਡ ਸਮੇਂ ਪੰਜਾਬ ਦੇ ਮੱਧਵਰਤੀ ਪ੍ਰਦੇਸ਼ ਪਾਕਿਸਤਾਨ ਵਿੱਚ ਚਲੇ ਗਏ ਬਾਅਦ ਵਿੱਚ ਪੰਜਾਬ ਭਾਸ਼ਾ ਦੇ ਆਧਾਰ ਤੇ ਤਿੰਨ ਰਾਜਾਂ ਰਾਜਾਂ ਵਿੱਚ ਵੰਡਿਆ ਗਿਆ ਪੰਜਾਬ ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਪ੍ਰਸ਼ਨ ਚੌਥਾ ਹੈਠ ਲਿਖੇ ਰਾਜ ਦੀ ਨੀਤੀ ਦੇ ਨਿਰਦੇਸ਼ਕ ਸਿਧਾਂਤਾਂ ਵਿੱਚੋਂ ਕਿਸੇ ਇੱਕ ਦੀ ਸੰਖੇਪ ਵਿਆਖਿਆ ਕਰੋ ਸਮਾਜਵਾਦੀ ਗਾਂਧੀਵਾਦੀ ਸਧਾਰਨ ਜਾਂ ਉਦਾਰਵਾਦੀ ਉੱਤਰ ਉੜਾ ਸਮਾਜਵਾਦੀ ਸਿਧਾਂਤ ਰਾਜ ਤੋਂ ਆਸ ਕੀਤੀ ਗਈ ਹੈ ਕਿ ਉਹ ਅਜੇ ਸਮਾਜੀ ਸਥਾਪਨਾ ਕਰੇ ਜਿਸ ਦਾ ਉਦੇਸ਼ ਸਰਵਜਨਿਕ ਕਲਿਆਣ ਹੋਵੇ ਹਰ ਇੱਕ ਨਾਗਰਿਕ ਨੂੰ ਰੋਜ਼ੀ ਰੋਟੀ ਕਮਾਉਣ ਦਾ ਅਧਿਕਾਰ ਹੋਵੇ ਦੇਸ਼ ਦੇ ਭੌਤਿਕ ਸਾਧਨਾਂ ਦੀ ਵੰਡ ਇਸ ਤਰ੍ਹਾਂ ਹੋਵੇ ਜਿਸ ਨਾਲ ਵੱਧ ਤੋਂ ਵੱਧ ਜਨ ਹਿੱਤ ਹੋਵੇ ਆਰਥਿਕ ਸੰਗਠਨ ਇਸ ਤਰ੍ਹਾਂ ਹੋਵੇ ਕਿ ਤਨ ਅਤੇ ਉਤਪਾਦਨ ਦੇ ਸਾਧਨ ਸੀਮਤ ਵਿਅਕਤੀਆਂ ਦੇ ਹੱਥਾਂ ਵਿੱਚ ਕੇਂਦ੍ਰਿਤ ਨਾ ਹੋਣ ਗਾਂਧੀਵਾਦੀ ਸਿਧਾਂਤ ਗਾਂਧੀ ਜੀ ਨੇ ਜਿਹੜੇ ਨਵੇਂ ਸਮਾਜ ਦੀ ਸਥਾਪਨਾ ਦਾ ਸੁਪਨਾ ਦੇਖਿਆ ਸੀ ਉਸ ਦੀ ਇੱਕ ਝਲਕ ਸਾਨੂੰ ਹੇਠ ਲਿਖੇ ਗਾਂਧੀਵਾਦੀ ਸਿਧਾਂਤਾਂ ਵਿੱਚ ਮਿਲਦੀ ਹੈ ਰਾਜ ਪਿੰਡਾਂ ਵਿੱਚ ಗ್ರಾಮ ਪੰਚਾਇਤ ਦੀ ਸਥਾਪਨਾ ਕਰੇ ਉਹਨਾਂ ਨੂੰ ਅਜਿਹੀਆਂ ਸ਼ਕਤੀਆਂ దਵੇ ਜਿਸ ਨਾਲ ਉਹ ਸਵਰਾਜ ਦੀ ਇੱਕ ਇਕਾਈ ਦੇ ਰੂਪ ਵਿੱਚ ਕੰਮ ਕਰ ਸਕਣ ਰਾਜ ਪਿੰਡਾਂ ਵਿੱਚ ਨਿੱਜੀ ਤੇ ਸਹਿਕਾਰੀ ਛੋਟੇ ਉਦਯੋਗਾਂ ਨੂੰ ਉਤਸ਼ਾਹਿਤ ਕਰੇ ਇਹ ਰਾਜਿਕਮ ਜ਼ੋਰ ਵਰਗਾ ਖਾਸ ਕਰਕੇ ਪਿਛੜੀਆਂ ਜਾਤੀਆਂ ਅਨੁਸੂਚਿਤ ਜਾਤੀਆਂ ਪਿਛੜੇ ਵਰਗਾ ਅਤੇ ਕਬੀਲਿਆਂ ਨੂੰ ਵਿਦਿਆਕ ਸਹੂਲਤਾ ਦੇਵੇ ਰਾਜ ਅਨੁਸੂਚਿਤ ਜਾਤੀਆਂ ਪਿਛੜੇ ਵਰਗਾ ਅਤੇ ਕਬੀਲਿਆਂ ਨੂੰ ਹਰ ਤਰ੍ਹਾਂ ਦੇ ਸ਼ੋਸ਼ਣ ਤੋਂ ਬਚਾਵੇ ਸਧਾਰਨ ਜਾਂ ਉਧਾਰਵਾਦੀ ਸਿਧਾਂਤ ਸਧਾਰਨ ਜਾਂ ਉਧਾਰਵਾਦੀ ਸਿਧਾਂਤ ਇਹ ਲਿਖੇ ਹਨ ਰਾਜ ਸਮੁੱਚੇ ਦੇਸ਼ ਵਿੱਚ ਬਰਾਬਰ ਕਾਨੂੰਨੀ ਸੰਤਾਨ ਲਾਗੂ ਕਰੇ ਉਨ ਪਾਲਿਕਾ ਅਧਿਕਾਰਜਪਾਲਿਕਾ ਨੂੰ ਵੱਖ-ਵੱਖ ਕਰਨ ਲਈ ਜ਼ਰੂਰੀ ਕਾਰਵਾਈ ਕਰੇ ਉਹ ਖੇਤੀ ਨੂੰ ਆਧੁਨਿਕ ਵਿਗਿਆਨਿਕ ਆਧਾਰ ਉੱਤੇ ਗਠਿਤ ਕਰੇ ਉਹ ਪਸ਼ੂ ਪਾਲਨ ਵਿੱਚ ਸੁਧਾਰ ਅਤੇ ਪਸ਼ੂਆਂ ਦੀ ਨਸਲ ਸੁਧਾਰਨ ਦਾ ਯਤਨ ਕਰੇ ਧੰਨਵਾਦ